ਹਾਲਾਤ ਹੀ ਇੰਨੀ ਵਿਗੜ ਗਈ ਹੈ ਪੰਜਾਬ 'ਚ, ਸਰਕਾਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ। ਸੋ ਸ਼੍ਰੋਮਣੀ ਅਕਾਲੀ ਦਲ ਅਗਲੇ 2 ਮਹੀਨੇ ਸਾਰ ਡਿਸਟ੍ਰਿਕਟ ਜਾ ਕੇ ਰੋਸ ਰੈਲੀਆਂ ਕਰੇਗਾ। ਸੰਗਰੂਰ ਵਿੱਚ 2 ਫਰਵਰੀ ਨੂੰ ਕੀਤੀ ਰੈਲੀ ਤੋਂ ਬਾਅਦ ਹੁਣ ਅਕਾਲੀ ਦਲ ਮੁੜ ਤੋਂ ਐਕਸ਼ਨ ਮੋਡ ਵਿੱਚ ਆ ਗਿਆ। ਬੀਤੇ ਦਿਨੀ ਕੋਰ ਕਮੇਟੀ ਦੀ ਬੈਠਕ ਵਿੱਚ ਢੀਂਡਸਾ ਪਿਓ ਪੁੱਤ ਨੂੰ ਬਰਖਾਸਤ ਕਰਨ ਤੋਂ ਬਾਅਦ ਹੁਣ ਅਕਾਲੀ ਦਲ ਨੇ ਕਾਂਗਰਸ ਖਿਲਾਫ ਕਮਾਨ ਚੁੱਕ ਲਈ ਹੈ। ਅਕਾਲੀ ਦਲ ਪੂਰੇ ਸੂਬੇ ਭਰ ਵਿੱਚ ਕਾਂਗਰਸ ਨੂੰ ਘੇਰਨ ਦਾ ਪਲਾਨ ਬਣਾ ਚੁੱਕਿਆ ਹੈ। ਬੀਤੇ ਦਿਨ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਅੱਜ ਪ੍ਰਧਾਨ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਸੀਨੀਅਰ ਆਗੂਆਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਸਣੇ ਜ਼ਿਲ੍ਹਾ ਇੰਚਾਰਜਾਂ ਨਾਲ ਬੈਠਕ ਕੀਤੀ। ਇਸ ਦੌਰਾਨ ਅਕਾਲੀ ਦਲ ਨੇ ਐਲਾਨ ਕੀਤਾ ਕਿ 10 ਅਪ੍ਰੈਲ ਤੋਂ ਪਹਿਲਾਂ ਅਕਾਲੀ ਦਲ ਸਰਕਾਰ ਖਿਲਾਫ ਵੱਡੀਆਂ ਰੋਸ ਰੈਲੀਆਂ ਕਰੇਗਾ। ਅਕਾਲੀ ਬੁਲਾਰੇ ਡਾਕਟਰ ਚੀਮਾ ਮੁਤਾਬਿਕ ਅਕਾਲੀ ਦਲ ਵੱਲੋਂ ਕੀਤੀਆਂ ਜਾਣ ਵਾਲੀਆਂ ਇਹਨਾਂ ਰੈਲੀਆਂ ਲਈ ਤਰੀਕਾ ਵੀ ਮੁਕਰਰ ਕਰ ਲਈਆਂ ਗਈਆਂ ਨੇ। ਅੱਜ ਸਾਡੇ ਸਾਰੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਜਿੰਨੇ ਸਾਰੇ ਜ਼ਿਲ੍ਹਿਆਂ ਦੇ ਅਬਜ਼ਰਵਰ ਸਾਹਿਬਾਨ ਆ ਉਹਨਾਂ ਦੀ ਅਤੇ ਜਿੰਨੇ MLA ਸਾਬਕਾ MLA ਹਲਕਿਆਂ ਦੇ ਇੰਚਾਰਜ ਸਾਰਿਆਂ ਦੀ ਸਾਂਝੀ ਮੀਟਿੰਗ ਸੀਗੀ ਔਰ ਉਹਦੇ ਵਿੱਚ ਇੱਕ ਤਾਂ ਪਾਰਟੀ ਦੀ ਜਥੇਬੰਦੀ ਜਿਹੜੀ ਆ ਉਹ ਫਰਵਰੀ ਦੇ ਮਹੀਨੇ ਦੇ ਵਿੱਚ ਸਾਰਿਆਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਅਬਜ਼ਰਵਰ ਸਾਹਿਬਾਨ ਨੂੰ ਕਿ ਸਾਰੇ ਸਰਕਲਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਕੇ ਪ੍ਰੋਪਰ ਜਥੇਬੰਦੀ ਜ਼ਿਲ੍ਹੇ ਦੀ ਸਰਕਲਾਂ ਦੀ ਉਹ ਇਸ ਫਰਵਰੀ ਮਹੀਨੇ ਦੇ ਵਿੱਚ ਕੰਪਲੀਟ ਕੀਤੀ ਜਾਵੇ। ਇੱਕ ਤਾਂ ਪ੍ਰਧਾਨ ਸਾਹਿਬ ਨੇ ਇਹ ਹਦਾਇਤ ਸਾਰਿਆਂ ਨੂੰ ਕੀਤੀ ਹੈ। ਬਾਕੀ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਰੋਸ ਰੈਲੀਆਂ ਦਾ ਸਿਲਸਿਲਾ ਸਰਕਾਰ ਦੇ ਖਿਲਾਫ ਵੱਖ ਵੱਖ ਇਸ਼ੂਜ਼ ਨੂੰ ਲੈ ਕੇ ਕੀਤਾ ਗਿਆ ਉਹਦੇ 'ਚ 7 ਜ਼ਿਲ੍ਹਿਆਂ ਦੇ ਵਿੱਚ ਅੱਗੇ ਰੋਸ ਰੈਲੀਆਂ ਹੋ ਚੁੱਕੀਆਂ। ਬਾਕੀ 15 ਜ਼ਿਲ੍ਹਿਆਂ ਦੀਆਂ ਤਰੀਕਾਂ ਜਿਹੜੀਆਂ ਉਹ ਅੱਜ ਫਾਈਨਲ ਕਰ ਦਿੱਤੀਆਂ ਕਿ 10 ਅਪ੍ਰੈਲ ਤੋਂ ਪਹਿਲਾਂ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਦੇ ਵਿੱਚ ਸਰਕਾਰ ਦੇ ਖਿਲਾਫ ਜਿਹੜੇ ਵੱਡੇ ਇਸ਼ੂਜ਼ ਆ ਉਹਨੂੰ ਲੈ ਕੇ ਰੋਸ ਰੈਲੀਆਂ ਦਾ ਕੰਮ ਜਿਹੜਾ ਉਹ ਲਈ ਦਿੱਤਾ ਗਿਆ ਜਿਹਦੇ 'ਚ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਪ ਵੀ ਜਾਣਗੇ, ਬਾਕੀ ਸੀਨੀਅਰ ਲੀਡਰਸ਼ਿਪ ਵੀ ਜਾਏਗੀ ਔਰ ਸਾਰੇ ਜਿਹੜੇ ਦੇ ਵਰਕਰ ਇਕੱਠੇ ਹੋ ਕੇ ਜਿਹੜੇ ਆ ਉਹ ਸਰਕਾਰ ਦੇ ਖਿਲਾਫ ਰੋਸ ਰੈਲੀਆਂ ਕਰਨਗੇ। ਸੋ ਮੁੱਖ ਤੌਰ ਦੇ ਉੱਤੇ ਅੱਜ ਆਰਗਨਾਈਜੇਸ਼ਨ ਡਿਊਟੀਆਂ ਵਾਸਤੇ ਮੀਟਿੰਗ ਸੀ, ਸੋ ਇਹ ਡਿਊਟੀਆਂ ਦਾ ਸਿਲਸਿਲਾ ਜਿਹੜਾ ਸਾਰਾ ਉਹ ਕੰਪਲੀਟ। ਉਧਰ ਸੁਖਬੀਰ ਬਾਦਲ ਨੇ ਵੀ ਮੀਟਿੰਗ ਤੋਂ ਬਾਅਦ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਸੁਖਬੀਰ ਬਾਦਲ ਮੁਤਾਬਿਕ ਅਕਾਲੀ ਦਲ ਕੈਪਟਨ ਦੀਆਂ ਕਥਿਤ ਧੱਕੇਸ਼ਾਹੀਆਂ ਤੇ ਲੋਕ ਮਾਰੂ ਨੀਤੀਆਂ ਖਿਲਾਫ ਲੋਕਾਂ ਨੂੰ ਇਕੱਠਾ ਕਰਨਗੇ। ਪੰਜਾਬ ਦੀ ਜਨਤਾ ਬਹੁਤ ਜ਼ਿਆਦਾ ਦੁਖੀ ਹੈ, ਕੈਪਟਨ ਸਾਹਿਬ ਨੇ ਝੂਠੀਆਂ ਸਹੁੰ ਖਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਲਈ ਅਤੇ ਇਹ ਜਿਹੀ ਹਾਲਾਤ ਕਰਤੀ। ਅੱਜ ਪੰਜਾਬ ਦੇ ਹਰ ਵਰਗ ਦੁਖੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਅਗਲੇ 2 ਮਹੀਨੇ ਸਾਰੇ ਡਿਸਟ੍ਰਿਕਟ ਜਾ ਕੇ ਰੋਸ ਰੈਲੀਆਂ ਕਰੇਗਾ, ਲੋਕਾਂ ਦੇ ਜਿਹੜੇ ਭਾਵਨਾ ਨੂੰ ਸਮਝ ਕੇ ਉਹਨਾਂ ਦਾ ਜਿਹੜਾ ਭਾਵਨਾ ਹੈ ਉਹਨੂੰ ਇਕੱਠੇ ਕਰਕੇ, ਕਿਉਂਕਿ ਗੱਲ ਹੈ ਕਿ ਹਾਲਾਤ ਹੀ ਇੰਨੀ ਵਿਗੜ ਗਈ ਹੈ ਪੰਜਾਬ 'ਚ, ਸਰਕਾਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ। ਦੱਸ ਦਈਏ ਕਿ ਸੰਗਰੂਰ ਵਿੱਚ ਰੈਲੀ ਦੌਰਾਨ ਅਕਾਲੀ ਦਲ ਵੱਲੋਂ ਪਾਏ ਮਤਿਆਂ ਵਿੱਚ ਢੀਂਡਸਾ ਪਿਓ ਪੁੱਤ ਨੂੰ ਪਾਰਟੀ ਤੋਂ ਬਰਖਾਸਤ ਕਰਨ ਤੋਂ ਇਲਾਵਾ ਕੈਪਟਨ ਸਰਕਾਰ ਨੂੰ ਘੇਰਨ 'ਤੇ ਵੀ ਸਹਿਮਤੀ ਬਣਾਈ ਗਈ ਸੀ, ਜਿਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਮੁੜ ਤੋਂ ਵਹੀਰਾਂ ਕੱਤ ਲਈਆਂ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਲੰਮੀ ਨਮੋਸ਼ੀ ਤੋਂ ਬਾਅਦ ਹੁਣ ਮੁੜ ਤੋਂ ਖੁਦ ਨੂੰ ਖੜਾ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ।
ਅਤੇ ਢੀਂਡਸਿਆਂ ਨੂੰ ਬਾਹਰ ਕੱਢਣ ਤੋਂ ਬਾਅਦ ਹੁਣ ਪਾਰਟੀ ਵਿੱਚੋਂ ਕੋਈ ਹੋਰ ਬਾਹਰ ਨਾ ਜਾਵੇ। ਇਸ ਲਈ ਵੱਡੇ ਪੱਧਰ ਤੋਂ ਵਰਕਰਾਂ ਵਿੱਚ ਮੁੜ ਤੋਂ ਜਾਨ ਫੂਕਣ ਦੀ ਕੋਸ਼ਿਸ਼ ਕਰ ਰਿਹਾ। ਪਰ ਅਕਾਲੀਆਂ ਦਾ ਇਹ ਐਕਸ਼ਨ ਕੈਪਟਨ ਖਿਲਾਫ਼ ਅਤੇ ਖੁਦ ਦੇ ਵਰਕਰਾਂ ਲਈ ਕਿੰਨਾ ਕੁ ਕਾਰਗਰ ਸਿੱਧ ਹੁੰਦਾ, ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।